ਨਮਸਕਾਰ ਜੀ, ਮੈਂ ਤੁਹਾਡਾ ਆਪਣਾ ਰਾਜ ਮਹਿੰਦਰੋ ਅਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨਲ। ਜਿਵੇਂ ਹੀ ਰਾਤ ਨੂੰ ਪਤਾ ਲੱਗਿਆ ਕਿ ਟਰੱਕ ਡਰਾਈਵਰਾਂ ਵੱਲੋਂ ਪੂਰਨ ਤੌਰ 'ਤੇ ਹੜਤਾਲ ਕਰ ਦਿੱਤੀ ਗਈ ਹੈ, ਇਸ ਨੂੰ ਲੈ ਕੇ ਰਾਤ ਲੰਬੇ ਸਮੇਂ ਤੋਂ ਹੀ ਸ਼ਹਿਰ ਦੇ ਅਲੱਗ ਅਲੱਗ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਰਾਤ ਤੋਂ ਹੀ ਲੋਕ ਗੱਡੀਆਂ ਦੇ ਸਕੂਟਰਾਂ ਦੇ ਵਿੱਚ ਪੈਟਰੋਲ ਪਾਉਂਦੇ ਦਿਖਾਈ ਦਿੱਤੇ। ਅੱਜ ਸਵੇਰੇ ਤੜਕੇ ਤੋਂ ਹੀ ਲੋਕ ਕੈਨੀਆਂ ਲੈ ਕੇ, ਬੋਤਲਾਂ ਲੈ ਕੇ ਪੈਟਰੋਲ ਪੰਪਾਂ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ 'ਤੇ ਖੜ੍ਹੇ ਦਿਖਾਈ ਦੇ ਰਹੇ ਨੇ। ਜੇਕਰ ਗੱਲ ਸਕੂਟਰ ਮੋਟਰਸਾਈਕਲ ਕਾਰਾਂ ਦੀ ਕਰੀਏ ਤਾਂ ਕਾਰਾਂ ਪੈਟਰੋਲ ਕਤਾਰਾਂ ਦੇ ਵਿੱਚ ਜਿਹੜੇ ਹੈ ਲੋਕ ਆਪਣੀਆਂ ਟੈਂਕੀਆਂ ਫੁੱਲ ਕਰਾਉਂਦੇ ਦਿਖਾਈ ਦੇ ਰਹੇ ਨੇ। ਪੰਪਾਂ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਲੋਕ ਇੱਕ ਦੂਜੇ ਨਾਲ ਬਹਿਸ ਦੇ ਵਿੱਚ ਦਿਖਾਈ ਦੇ ਰਹੇ ਨੇ ਅਤੇ ਟਕਰਾਉਂਦੇ ਵੀ ਦਿਖਾਈ ਦੇ ਰਹੇ ਨੇ। ਕਈ ਪੈਟਰੋਲ ਪੰਪਾਂ ਦੇ ਉੱਪਰ ਤਾਂ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਪੁਲਿਸ ਤੱਕ ਬੁਲਾਉਣੀ ਪਈ। ਜੇਕਰ ਗੱਲ ਖੰਨੇ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਲਲਹੇੜੀ ਰੋਡ 'ਤੇ ਰਾਜ ਪੈਟਰੋਲ ਪੰਪ ਦੇ ਉੱਪਰ ਜਿਹੜੀਆਂ ਲੰਬੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ, ਉਹਨਾਂ ਦੇ ਮਾਲਕ ਵੱਲੋਂ ਪੁਸ਼ਕਰ ਰਾਜੀ ਵੱਲੋਂ ਜਿਹੜੀ ਹੈ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਇੱਕਣਾ ਹੀ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਇੱਕਣਾ ਹੀ ਲੰਬੀਆਂ ਕਤਾਰਾਂ ਲੱਗੀਆਂ ਤਾਂ ਸ਼ਾਮ ਤੱਕ ਜਿਹੜਾ ਹੈ ਪੈਟਰੋਲ ਜਿਹੜਾ ਹੈ ਟੋਟਲੀ ਖਤਮ ਹੋ ਜਾਊਗਾ ਅਤੇ ਆਖਰ ਉਹਨਾਂ ਨੂੰ ਪੈਟਰੋਲ ਪੰਪ ਬੰਦ ਕਰਨਾ ਪਊਗਾ। ਜੇਕਰ ਗੱਲ ਜੀ ਟੀ ਰੋਡ 'ਤੇ ਅਕਾਲ ਪੈਟਰੋਲ ਪੰਪ ਦੀ ਕਰੀਏ ਤਾਂ ਅਕਾਲ ਪੈਟਰੋਲ ਪੰਪ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਨੇ, ਪਰ ਮਾਲਕਾਂ ਦਾ ਕਹਿਣਾ ਕਿ ਉਹਨਾਂ ਕੋਲ ਬੜੀ ਮਾਤਰਾ ਦੇ ਵਿੱਚ ਪੈਟਰੋਲ ਪਿਆ। ਪਰ ਲੋਕ ਇੱਥੇ ਇੱਕਦਮ ਇਕੱਠੇ ਹੋ ਗਏ ਨੇ, ਲੋਕ ਪੈਟਰੋਲ ਨੂੰ ਲੈਣ ਵਾਸਤੇ ਲੰਬੀਆਂ ਲੰਬੀਆਂ ਕਤਾਰਾਂ ਲਗਾ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੈਟਰੋਲ ਬਹੁਤ ਜ਼ਿਆਦਾ ਪਿਆ, ਅਜੇ ਤੁਸੀਂ ਜਿਹੜੀਆਂ ਹੈ ਜਿੰਨਾ ਕੁ ਤੁਹਾਨੂੰ ਲੋੜ ਹੈ ਉਨਾ ਹੀ ਪੈਟਰੋਲ ਪਾਓ। ਪਰ ਲੋਕ ਟੈਂਕੀਆਂ ਭਰਾ ਰਹੇ ਨੇ, ਕੋਈ ਬੋਤਲਾਂ ਭਰਾ ਰਹੇ ਨੇ, ਕੋਈ ਕੈਨੀਆਂ ਭਰਾ ਰਹੇ ਨੇ, ਕੋਈ ਆਪਣੀਆਂ ਗੱਡੀਆਂ ਫੁੱਲ ਕਰਾ ਰਹੇ ਨੇ। ਆਓ ਦਿਖਾਉਂਦਾ ਹਾਂ ਖੰਨਾ ਸ਼ਹਿਰ ਦਾ ਪੂਰਾ ਮਜ਼ਹਬ। ਕੀ ਨਾਮ ਹੈ? ਕਿਹੜੀ ਫਿਲਿੰਗ ਸਟੇਸ਼ਨ? ਅੱਛਾ ਜੀ, ਲਾਈਨਾਂ ਲੱਗੀਆਂ, ਕਿਆ ਚੱਕਰ ਹੈ? ਇਹਦੀ ਟਰਾਂਸਪੋਰਟਰ ਦੀ ਸਟ੍ਰਾਈਕ ਹੈਗੀ ਹੈ, ਜਿਹੜੇ ਨਵੇਂ ਲਾਉਂਦ ਆਏ ਨੇਗੇ ਅਤੇ ਟਰਾਂਸਪੋਰਟਰ ਜਿਹੜੇ ਡਰਾਈਵਰਸ ਨੇਗੇ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈਗੀ ਹੈ ਅਤੇ ਕੋਈ ਵੀ ਆਇਲ ਕੈਰੀ ਨਹੀਂ ਕਰ ਰਿਹਾ ਹੈਗਾ, ਸਾਡੀਆਂ ਵੀ ਗੱਡੀਆਂ ਖੜੀਆਂ ਨੇਗੀਆਂ ਉਹ ਵੀ ਨਹੀਂ ਮਿਲਦੀਆਂ। ਅੱਛਾ, ਜਿਵੇਂ ਆਵਾਜ਼ ਵੀ ਇਹ ਹੈ ਕਿ ਪੈਟਰੋਲ ਪੰਪ ਵੀ ਬੰਦ ਹੋ ਰਹੇ ਨੇ, ਕੁਛ ਐਸਾ? ਆਲਮੋਸਟ 50-60% ਪੈਟਰੋਲ ਪੰਪ ਬੰਦ ਹੋ ਚੁੱਕੇ ਨੇਗੇ ਜੀ, ਤੇਲ ਖਤਮ ਹੋ ਚੁੱਕਿਆ ਹੈਗਾ ਅਤੇ ਜਿਹੜੇ ਪੰਪ ਚੱਲ ਰਹੇ ਹੈਗੇ ਨੇ ਤੁਸੀਂ ਸਮਝ ਸਕਦੇ ਹੈਗੇ ਵੀ ਉੱਥੇ ਰਸ਼ ਬਹੁਤ ਜ਼ਿਆਦਾ ਹੈਗਾ, ਉਹ ਮਿਸਮੈਨੇਜ ਹੋ ਜਾਂਦੀ ਸਾਰਾ। ਕੀ ਲੱਗਦਾ ਕਿੰਨਾ ਕੁ ਪਬਲਿਕ ਨੂੰ ਟਰਾਂਸਪੋਰਟ ਦਾ ਸਾਹਮਣਾ ਕਰਨਾ ਅਤੇ ਪੰਪ ਵਾਲਿਆਂ ਨੂੰ ਜੀ? ਅਸੀਂ ਤਾਂ ਜੀ ਰਾਤ ਦੇ ਘਰ ਹੀ ਗਏ ਜੀ, ਸਾਰੀ ਰਾਤ ਤੇਲ ਪਾ ਰਹੇ ਹਾਂ ਜੀ, ਸਵੇਰ ਤੋਂ ਵੀ ਤੇਲ ਪਾ ਰਹੇ ਹੈਗੇ ਹਾਂ ਜੀ, ਅਤੇ ਮਤਲਬ ਸਾਡੇ ਵਾਸਤੇ ਬਹੁਤ ਔਖਾ ਹੋਇਆ। ਕਿੰਨਾ ਕੁ ਨੁਕਸਾਨ ਮੰਨਦੇ ਹੋ ਤੁਸੀਂ? ਨੁਕਸਾਨ ਦੇਖੋ, ਪਬਲਿਕ ਦੀ ਫਰਸਟ੍ਰੇਸ਼ਨ ਨੂੰ ਤਾਂ ਜੀ ਅਸੀਂ ਬਹੁਤ ਜ਼ਿਆਦਾ ਨੁਕਸਾਨ ਮੰਨਦੇ ਹੈਗੇ ਹਾਂ ਕਿ ਜਿਨ੍ਹਾਂ ਨੇ ਆਫਿਸ ਜਾਣਾ ਹੈਗਾ ਅਤੇ ਉਹਨਾਂ ਦਾ ਟਾਈਮ ਨਹੀਂ ਮੈਨੇਜ ਹੋ ਪਾ ਰਿਹਾ ਹੈਗਾ, ਅੱਧਾ ਤਾਂ ਪੌਣਾ ਪੌਣਾ ਘੰਟਾ ਲਾਈਨ 'ਚ ਲੱਗ ਰਹੇ ਹੈਗੇ ਨੇਗੇ। ਅਤੇ ਚਲੋ ਅਸੀਂ ਤਾਂ ਵੀ ਆਰ ਐਟ ਪਬਲਿਕ ਸਰਵਿਸ ਅਤੇ ਸਾਨੂੰ ਤਾਂ ਇਸ ਚੀਜ਼ ਦਾ ਕੋਈ ਰਿਗਰੈਟ ਨਹੀਂ ਹੈਗਾ, ਅਤੇ ਲੇਕਿਨ ਮਤਲਬ ਇਨ ਜਨਰਲ ਬਹੁਤ ਵੱਡੀ ਗੱਲ ਹੈ। ਨਾਮ ਹੈ? ਜਸਵਿੰਦਰ ਸਿੰਘ ਜੀ। ਤੁਸੀਂ ਅੱਜ ਪੈਟਰੋਲ ਦੀਆਂ ਲਾਈਨਾਂ ਲੱਗੀਆਂ, ਕਿੰਨੇ ਦੇਰ ਬਾਅਦ ਵਾਰੀ ਆਈ ਹੈ? 10 ਮਿੰਟ ਬਾਅਦ ਵਾਰੀ ਆ। ਕੀ ਲੱਗ ਰਿਹਾ ਜਿਹੜਾ ਇਹ ਮਤਲਬ ਹੜਤਾਲ ਕੀਤੀ ਗਈ ਹੈ ਇਹਨਾਂ ਟਰਾਂਸਪੋਰਟਰਾਂ ਵੱਲੋਂ, ਵੀ ਸਹੀ ਹੈ ਜਾਂ ਗਲਤ ਹੈ? ਦੇਖੋ, ਜਿਹੜਾ ਇੰਨਾ ਜੁਰਮਾਨਾ ਜਾਂ ਹੋਰ ਆ, ਜੇ ਬੰਦਾ ਇਹੀ ਭਰੂਗਾ ਇੰਸ਼ੋਰ ਕਰਾਉਂਦਾ ਠੀਕ ਹੈ, ਜੇ ਆਪਾਂ ਇੰਸ਼ੋਰ ਕਰਾਉਂਦੇ ਹਾਂ ਇੰਨੀ ਇੰਸ਼ੋਰ ਆ, ਡਰਾਈਵਰ ਕਹਿੰਦੇ ਅਸੀਂ ਆਪਣੇ ਪੱਲਿਓ ਕਿੱਥੋਂ ਦੇ ਦਾਂ, ਇੰਸ਼ੋਰ ਦਾ ਮਤਲਬ ਇਹ ਖਤਮ ਹੋ ਗਿਆ ਜੀ ਇੰਨਾ ਆਪਾਂ ਨੇ ਜੁਰਮਾਨਾ ਹੀ ਭਰਨਾ। ਪਬਲਿਕ ਕਿੰਨਾ ਕੁ ਪਰੇਸ਼ਾਨ ਮਤਲਬ ਹੋ ਰਹੀ ਹੈ? ਪਬਲਿਕ ਤਾਂ ਹਾਲੇ ਸ਼ੁਰੂ ਹੋਇਆ ਕੰਮ, ਦੇਖੋ ਜੀ ਕਿੰਨਾ ਪਰੇਸ਼ਾਨ ਹੋ ਰਿਹਾ, ਡੀਜ਼ਲ ਤਾਂ ਮਿਲੇ ਨਹੀਂ ਰਹੇ। ਸਤਿ ਸ਼੍ਰੀ ਅਕਾਲ ਜੀ। ਅਜੇ ਕੀ ਨਾਮ ਹੈ? ਅੱਛਾ, ਕਿੰਨੀ ਦੇਰ ਬਾਅਦ ਵਾਰੀ ਆਈ ਤੁਹਾਡੀ ਪੰਪ ਦੇ ਉੱਪਰ? 20-25 ਮਿੰਟ ਲੱਗ ਗਏ।
ਅੱਛਾ ਕਿੰਨਾ ਕੀ ਮੰਨਦੇ ਹੋ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਬਲਿਕ ਨੂੰ ਜਿਹੜਾ ਹੜਤਾਲ ਦੇ ਕਾਰਨ? ਥੋੜੇ ਕੈਨੀ ਲੈ ਕੇ ਆਏ ਹੋ? ਕੈਨੀ ਲੈ ਕੇ ਆਏ ਹੋ? ਤੇਲ ਲੈਣ ਕੀ ਗੱਲ? ਅੱਛਾ ਬੰਦ ਹੋ ਰਿਹਾ ਇਸ ਕਰਕੇ ਇਕੱਠਾ ਹੀ ਪਵਾ ਰਹੇ ਹੋ?